ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਵਿਖੇ ਜਲੰਧਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਸੰਸਾਰਪੁਰ ਜਿਸ ਦਾ ਕਿ ਦੁਨੀਆ ਭਰ ਵਿੱਚ ਕੋਈ ਵੀ ਰਿਕਾਰਡ ਨਹੀਂ ਤੋੜ ਸਕਿਆ। ਇਸ ਪਿੰਡ ਦੀ ਇੱਕੋ ਗਲੀ ਵਿੱਚੋਂ ਅਤੇ ਇੱਕੋ ਪਰਿਵਾਰ ਵਿੱਚੋਂ 14 ਹਾਕੀ ਖਿਡਾਰੀਆਂ ਨੇ ਜਨਮ ਲਿਆ ਅਤੇ 27 ਮੈਡਲ ਜਿੱਤੇ ਹਨ। ਦੁਨੀਆ ਭਰ ਵਿੱਚ ਅੱਜ ਤੱਕ ਕੋਈ ਵੀ ਇਸ ਰਿਕਾਰਡ ਨੂੰ ਤੋੜ ਨਹੀਂ ਸਕਿਆ। ਮੈਨੂੰ ਪੰਜਾਬੀਆਂ 'ਤੇ ਮਾਣ ਹੈ। 12 ਅਕਤੂਬਰ 1968 ਦੀ ਇਹ ਫੋਟੋ ਗਵਾਹੀ ਭਰਦੀ ਹੋਈ। ਟਰਬਨਸ ਐਟ ਮੈਕਸੀਕੋ ਓਲੰਪਿਕਸ ਇਨ 1968 ਫਰੋਮ ਸੇਮ ਵਿਲੇਜ। ਰਘਵੀਰ ਸਿੰਘ ਭਰੋਵਾਲ ਦੀ ਪੋਸਟ। ਮੈਂ ਸਾਹਿਬ ਸਿੰਘ, ਪਲੱਸ ਟੀਵੀ HD ਤੋਂ। ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਧੰਨਵਾਦ।